ਰਿਸ਼ਤੇ ਦੇ ਵਿੱਚ ਸਤਸੰਗਤ ਤਿੰਨ ਚੀਜ਼ਾਂ, ਰਿਸ਼ਤੇ ਦੀ ਨੀਂਵ ਦੇ ਵਿੱਚ ਤਿੰਨ ਚੀਜ਼ਾਂ ਪਾਣੀਆਂ। ਪਹਿਲਾ ਸੱਚ ਸੱਤ, ਦੂਸਰਾ ਸੰਤੋਖ, ਇਹਨੂੰ ਕਹਿੰਦੇ ਰੱਜ, ਕਿਸੇ ਚੀਜ਼ ਦੀ ਭੁੱਖ ਨਾ ਹੋਣੀ, ਕਿਸੇ ਚੀਜ਼ ਦੀ ਭੁੱਖ ਨਹੀਂ। ਇੱਥੇ ਸਤਸੰਗਤ, ਅੱਜ ਕੱਲ੍ਹ ਦੀ ਦੁਨੀਆ ਭੁੰਤਰੀ ਹੋਈ ਹੈ, ਮੈਨੂੰ ਲਫ਼ਜ਼ ਵਰਤਣਾ ਪੈ ਰਿਹਾ, ਮੈਨੂੰ ਬਖਸ਼ ਲੈਣਾ, ਭੁੰਤਰੀ ਹੋਈ, ਬੜੇ ਵਿਰਲੇ ਨੇ, ਬੜੇ ਵਿਰਲੇ ਜਿਹੜੇ ਗੁਰੂ ਸਿਧਾਂਤ ਦੇ ਉੱਪਰ ਚੱਲਦੇ ਪਏ ਨੇ, ਨਹੀਂ ਤਾਂ ਸਾਧ ਸੰਗਤ ਮੈਨੂੰ ਬਖਸ਼ ਲੈਣਾ। ਮੁੰਡਾ ਜੰਮਿਆ, ਉਹਨੂੰ ਪਾਲ ਪੋਸ ਕੇ ਵੱਡਾ ਕੀਤਾ, ਤੇ ਬਸ ਉਹ ਇਹ ਸਮਝਦੇ ਬਲੈਂਕ ਚੈੱਕ ਕੀ ਹੈ, ਜੋ ਮਰਜ਼ੀ ਭਰ ਲਓ, ਜੋ ਮਰਜ਼ੀ ਭਰ ਲਓ। ਸੌਦਾਗਰ ਬਣ ਜਾਂਦੇ ਨੇ, ਸੌਦੇਬਾਜ਼ੀਆਂ ਤੇ ਆ ਜਾਂਦੇ ਨੇ, ਸੌਦੇਬਾਜ਼ੀ ਗਲਤ ਹੈ। ਐਡੀਆਂ ਐਡੀਆਂ ਲਿਸਟਾਂ ਦਿੱਤੀਆਂ ਜਾਂਦੀਆਂ ਜੀ, ਆਹ ਚਾਹੀਦਾ, ਆਹ ਚਾਹੀਦਾ, ਆਹ ਚਾਹੀਦਾ, ਆਹ ਚਾਹੀਦਾ। ਧੀ ਵਾਲਿਆਂ ਦੀ ਭਾਵੇਂ ਤੌਫੀਕ ਹੋਵੇ ਨਾ ਹੋਵੇ, ਫਿਰ ਕਰਜ਼ਾ ਚੱਕਦੇ, ਔਖੇ ਹੁੰਦੇ। ਬੜੀ ਦੇਰ ਪਹਿਲੇ ਮੈਨੂੰ ਇੱਕ ਪੋਸਟ ਆਈ ਸੀ ਜੀ, ਟੈਕਸਟ ਪੋਸਟ ਸੀ, ਉਹ ਮੈਨੂੰ ਬੜੀ ਅੱਛੀ ਲੱਗੀ, ਮੇਰੇ ਜ਼ਹੀਨ ਦੇ ਵਿੱਚ ਛੱਪ ਗਈ ਉਹ ਚੀਜ਼। ਇੱਕ ਕੁੜੀ ਵਿਆਹ ਕੇ ਆਈ ਆਪਣੇ ਸਹੁਰੇ ਘਰ, ਔਰ ਉਸ ਕੁੜੀ ਨੇ ਨਾ ਆਉਂਦੇ ਹੀ ਬੜਾ ਆਤੰਕ ਮਚਾਉਣਾ ਸ਼ੁਰੂ ਕਰਤਾ, ਮਤਲਬ ਜਿਵੇਂ ਕਹਿ ਲਓ ਕਿ ਨੱਕ 'ਚ ਦਮ ਕਰਤਾ ਜੀ ਸਹੁਰਿਆਂ ਦੇ। ਆਦਮੀ ਨੂੰ ਪਰੇਸ਼ਾਨ, ਸੱਸ ਨੂੰ ਪਰੇਸ਼ਾਨ, ਸਹੁਰੇ ਨੂੰ ਪਰੇਸ਼ਾਨ, ਸਾਰਿਆਂ ਨੂੰ ਪਰੇਸ਼ਾਨ। ਇੱਕ ਦਿਨ ਦੁਖੀ ਹੋ ਕੇ ਨਾ ਸਾਰਾ ਟੱਬਰ ਇਕੱਠਾ ਬਹਿ ਗਿਆ, ਤੇ ਕੁੜੀ ਨੂੰ ਵੀ ਬਾਹ ਲਿਆ, ਕਹਿੰਦੇ ਧੀਏ ਇੱਕ ਗੱਲ ਦੱਸ, ਵੀ ਤੇਰੇ ਮਾਂ ਬਾਪ ਨੇ ਤੈਨੂੰ ਕੋਈ ਤਮੀਜ਼ ਨਹੀਂ ਸਿਖਾਈ, ਕੋਈ ਮੈਨਰਸ ਨਹੀਂ ਸਿਖਾਏ, ਤੇ ਕੋਈ ਤੈਨੂੰ ਜਿਉਣ ਦਾ ਚੱਜ ਨਹੀਂ ਸਿਖਾਇਆ? ਕਹਿੰਦੇ ਜੀ ਸਿਖਾਇਆ, ਬੜੀ ਤਮੀਜ਼ ਮੇਰੇ ਮਾਂ ਬਾਪ ਨੇ ਦਿੱਤੀ ਸੀ, ਬੜੇ ਮਿਹਨਤ ਮੈਨੂੰ ਸਿਖਾਏ ਸਰ। ਕਹਿੰਦੇ ਫਿਰ ਕਿੱਥੇ ਛੱਡ ਆਈ ਹੈ? ਏਦਾਂ ਹੀ ਕਿੱਥੇ ਛੱਡ ਆਈ? ਕਹਿੰਦੇ ਉਹ ਤਾਂ ਜੀ ਪੇਕੇ ਛੱਡ ਆਈ। ਕਹਿੰਦੇ ਉਹ ਤਾਂ ਜੀ ਪੇਕੇ ਛੱਡ ਆਈ, ਏਦਾਂ ਹੀ ਬੋਲੀ। ਕਹਿੰਦੇ ਹੱਦ ਹੋ ਗਈ ਤੇਰੀ? ਕਹਿੰਦੇ ਹਾਂਜੀ, ਤੁਸੀਂ ਜਿਹੜੀ ਉਹ ਲਿਸਟ ਦਿੱਤੀ ਸੀਗੀ, ਆ ਆ ਚਾਹੀਦਾ, ਆ ਚਾਹੀਦਾ, ਆ ਚਾਹੀਦਾ, ਉਹਦੀ ਤੁਸੀਂ ਤਾਂ ਤਮੀਜ਼ ਬੋਲੀ ਨਹੀਂ ਸੀ ਕਿ ਤਮੀਜ਼ ਵੀ ਚਾਹੀਦੀ, ਮੈਨਰਸ ਵੀ ਚਾਹੀਦੇ, ਸੰਸਕਾਰ ਵੀ ਚਾਹੀਦਾ। ਤੁਸੀਂ ਜੋ ਜੋ ਮੰਗਿਆ ਮੇਰੇ ਪਿਤਾ ਜੀ ਨੇ ਇੰਤਜ਼ਾਮ ਕੀਤਾ, ਔਰ ਕਹਿੰਦੇ ਤੁਹਾਨੂੰ ਕੀ ਪਤਾ, ਉਦੋਂ ਦਾ ਕਰਜ਼ਾ ਚੱਕਿਆ ਮੇਰਾ ਪਿਓ, ਅੱਜ ਤੱਕ ਕਰਜ਼ਾਈ ਹੈ ਤੇ ਕਰਜ਼ੇ ਦੇ ਵਿੱਚ ਡੁੱਬਿਆ ਹੋਇਆ, ਅੱਜ ਵੀ ਖੂਨ ਦੇ ਹੰਝੂ ਰੋਂਦਾ ਪਿਆ, ਮੇਰਾ ਪਿਓ ਅੱਜ ਵੀ ਖੂਨ ਦੇ ਹੰਝੂ ਰੋਂਦਾ ਪਿਆ। ਆਪਣੇ ਸਹੁਰਿਆਂ ਨੂੰ ਕਹਿੰਦੀ ਹੈ, ਪਾਪਾ ਇੱਕ ਪਾਪਾ ਮੇਰੇ ਉਹ ਨੇ, ਉਹ ਖੂਨ ਦੇ ਹੰਝੂ ਰੋਣ ਤੇ ਤੁਸੀਂ ਇੱਥੇ ਸੁਖੀ ਵਸੋ, ਤੁਸੀਂ ਜੋ ਜੋ ਸਮਾਨ ਮੰਗਿਆ ਮੇਰੇ ਪਿਓ ਨੇ ਕਰਜ਼ਾ ਚੱਕਿਆ ਦਿੱਤਾ, ਤੁਸੀਂ ਉਸ ਐਡੀ ਵੱਡੀ ਲਿਸਟ ਦੇ ਵਿੱਚ ਤਮੀਜ਼ ਮੰਗੀ ਨਹੀਂ, ਸੰਸਕਾਰ ਮੰਗੇ ਨਹੀਂ, ਮੇਰੇ ਕੋਲ ਸੀਗੇ, ਮੈਂ ਉਹ ਘਰ ਛੱਡ ਆਈ। ਹੁਣ ਤਾਂ ਸਾਰੀ ਜ਼ਿੰਦਗੀ ਇੱਦਾਂ ਹੀ ਚੱਲੇਗਾ ਜੀ, ਹੁਣ ਤਾਂ ਇੱਦਾਂ ਹੀ ਨਚਾਵਾਂਗੀ ਤੁਹਾਨੂੰ, ਜਦ ਤੱਕ ਮੇਰੇ ਪਿਓ ਦਾ ਕਰਜ਼ਾ ਨਹੀਂ ਉਤਰੇਗਾ, ਜਦ ਤੱਕ ਮੇਰਾ ਪਿਓ ਸੁਰਖਰੂ ਨਹੀਂ ਹੋਏਗਾ, ਉਦੋਂ ਤੱਕ ਤੁਸੀਂ ਵੀ ਸੁਰਖਰੂ ਨਹੀਂ ਹੋ ਸਕਦੇ। ਸ੍ਰੀ ਅਕਾਲ। ਸੋਚਣ ਵਾਲੀ ਗੱਲ ਹੈ ਸਤ ਸੰਗਤ ਜੀ, ਸੋਚਣ ਵਾਲੀ ਗੱਲ। ਤਹਿਜ਼ੀਬ ਮੰਗੀਏ, ਕੁਝ ਮੰਗਣਾ ਹੀ ਹੈ ਦਾਜ ਦੇ ਵਿੱਚ, ਕੁਝ ਮੰਗਣਾ ਹੀ ਹੈ। ਮੈਨੂੰ ਅੱਜ ਵੀ ਯਾਦ ਹੈ ਸਤ ਸੰਗਤ, ਮਥੁਰੇ ਗਏ, ਉਹ ਗੁਰਮੁਖ ਪਰਿਵਾਰ ਇੱਕ ਜਿਹਨਾਂ ਦੇ ਘਰ ਠਹਿਰੇ ਆਪਾਂ, ਉਹਨਾਂ ਨੇ ਮੈਨੂੰ ਗੱਲ ਦੱਸੀ, ਕਹਿੰਦੇ ਜੀ ਮੁੰਡੇ ਦਾ ਵਿਆਹ ਕਰਨਾ ਸੀ ਤੇ ਕੁੜੀ ਵਾਲੇ ਸਨ ਦਿੱਲੀ ਤੋਂ, ਹੁਣ ਕੁੜੀ ਦੇ ਪਿਤਾ ਜੀ ਦੀ ਡੈਥ ਹੋਈ, ਮਾਤਾ ਹੈ ਬੜੀ ਔਖੀ ਵਿਚਾਰੀ, ਮੁੰਡੇ ਵਾਲੇ ਬੜੇ ਤਗੜੇ ਘਰ ਦੇ, ਬੜੀ ਤਗੜੀ ਹਸਤੀ ਰੱਖਦੇ ਨੇ ਜੀ। ਹੁਣ ਕੁੜੀ ਦੀ ਮਾਤਾ ਨੇ ਨਾ ਇੱਕ ਦਿਨ ਫੋਨ ਕੀਤਾ ਜੀ, ਇੱਦਾਂ ਹੱਥ ਬੰਨੇ, ਕਹਿੰਦੇ ਜੀ ਆਪ ਜੀ ਨੂੰ ਵਿਆਹ ਦੇ ਵਿੱਚ ਕੋਈ ਚੀਜ਼ ਚਾਹੀਦੀ ਹੈ ਤੇ ਤੁਸੀਂ ਪਹਿਲੇ ਹੀ ਦੱਸ ਦਿਓ, ਬਈ ਫਿਰ ਅਸੀਂ ਇੰਤਜ਼ਾਮ ਕਰੀਏ।
ਕਹਿੰਦੇ ਮੰਨ ਲਓ ਭੈਣ ਜੀ ਜੇ ਆਪਾਂ ਲਿਸਟ ਦੇਈਏ ਤੇ ਫਿਰ ਕਿੱਥੋਂ ਇੰਤਜ਼ਾਮ ਕਰੋਗੇ, ਤੁਸੀਂ ਤਾਂ ਕਹਿੰਦੇ ਤੁਹਾਡੇ ਕੋਲ ਹੈ ਨਹੀਂ। ਕਹਿੰਦੇ ਫਿਰ ਜਿਹੜੀ ਲਿਸਟ ਦਿਓਗੇ ਤੇ ਕਰਜ਼ਾ ਚੱਕਾਂਗੇ। ਕਹਿੰਦੇ ਅੱਛਾ, ਫਿਰ ਉਹਦਾ ਵਿਆਜ ਵੀ ਦਿਓਗੇ? ਕਹਿੰਦੇ ਫਿਰ ਦੇਣਾ ਹੀ ਪਏਗਾ ਜੀ ਵਿਆਜ। ਕਹਿੰਦੇ ਤੁਹਾਡੀ ਇਨਕਮ ਤਾਂ ਇੰਨੀ ਹੈ ਹੀ ਨਹੀਂ ਕਿ ਤੁਸੀਂ ਉਹਨਾਂ ਵਿਆਜ ਭਰ ਸਕੋ, ਤੇ ਤੁਸੀਂ ਤਾਂ ਸਾਰੀ ਜ਼ਿੰਦਗੀ ਲਈ ਦੱਬ ਕੇ ਮਰ ਗਏ ਤੁਸੀਂ ਸਾਰੀ ਜ਼ਿੰਦਗੀ ਲਈ। ਕਹਿੰਦੇ ਫਿਰ ਕੀ ਕਰਾਂਗੇ, ਧੀ ਪਿੱਛੇ ਕਰਨਾ ਪਏਗਾ, ਧੀ ਪਿੱਛੇ ਕਰਨਾ ਪਏਗਾ। ਉਸ ਗੁਰਮੁਖ ਪਿਆਰੇ ਨੇ ਆਪਣੀ ਕੁਲਮਣੀ ਨੂੰ ਬੋਲਿਆ, ਕਹਿੰਦੇ ਖਬਰਦਾਰ ਖਬਰਦਾਰ, ਮੈਂ ਦੋ ਧੀਆਂ ਵਿਆਈਆਂ, ਦੋ ਧੀਆਂ। ਕਹਿੰਦੇ ਮੇਰੇ ਗੁਰੂ ਨਾਨਕ ਨੇ ਮੈਨੂੰ ਬੜੀ ਤੌਫੀਕ ਦਿੱਤੀ ਹੈ ਮਾਇਆ ਦੀ। ਕਹਿੰਦੇ ਭੈਣੇ, ਆਪਣੀ ਕੁੜਮਣੀ ਨੂੰ ਕਹਿਣ ਲੱਗਾ, ਕਹਿੰਦਾ ਭੈਣੇ ਉਹ ਜਿੱਥੇ ਦੋ ਕੁੜੀਆਂ ਵਿਆਹ ਸਕਦਾ ਤੀਜੀ ਵੀ ਵਿਆਹ ਸਕਦਾ। ਆਖੋ ਸਤਨਾਮ ਸ੍ਰੀ ਅਕਾਲ। ਜਿੱਥੇ ਦੋ ਵਿਆਹ ਸਕਦਾ ਨਾ ਤੀਜੀ ਵੀ ਵਿਆਹ ਸਕਦਾ। ਉਹ ਤੇਰੀ ਧੀ ਨੀ, ਉਹ ਮੇਰੀ ਧੀ ਹੈ, ਮੇਰੇ ਘਰ ਆ ਰਹੀ ਹੈ, ਮੇਰੇ ਘਰ ਦੀ ਇੱਜ਼ਤ ਹੈ। ਕਹਿੰਦੇ ਬੇਫਿਕਰ ਹੋ ਜਾ, ਵਿਆਹ ਤਾਂ ਸ਼ਾਨੋ ਸ਼ੌਕਤ ਨਾਲ ਹੋਣਾ, ਵਿਆਹ ਚ ਤਾਂ ਕੋਈ ਕਮੀ ਨਹੀਂ ਰੱਖਾਂਗੇ। ਕਹਿੰਦੇ ਸ਼ਾਨੋ ਸ਼ੌਕਤ ਨਾਲ ਵਿਆਹ ਹੋਏਗਾ, ਖਰਚਾ ਵੀ ਖੂਬ ਹੋਏਗਾ, ਪਰ ਕਹਿੰਦੇ ਸਾਰਾ ਦਾ ਸਾਰਾ ਨਾਮ ਇਹ ਲਾਇਆ ਜਾਏਗਾ ਕਿ ਇਹ ਕੁੜੀ ਵਾਲਿਆਂ ਵੱਲੋਂ ਖਰਚਾ ਆ। ਆਖੋ ਸਤਨਾਮ। ਖਰਚਾ ਮੁੰਡੇ ਵਾਲੇ ਦਾ। ਸ੍ਰੀ ਅਕਾਲ। ਕਹਿੰਦੇ ਭੈਣੇ ਖਰਚਾ ਸਾਡੇ ਵੱਲੋਂ ਹੋਏਗਾ, ਨਾ ਤੇਰਾ ਵੱਜੇਗਾ। ਤੂੰ ਧੀ ਦੇ ਰਹੀ ਹੈ, ਧੀ ਦੇ ਰਹੀ ਹੈ। ਜੇ ਹਿਸਾਬ ਕਿਤਾਬ ਲਾਵੇਂ ਅੱਜ 21 ਸਾਲ ਦੀ ਤੇਰੀ ਕੁੜੀ, 21 ਸਾਲ ਤੇ ਇੰਨਾ ਖਰਚਾ ਉਹਦੇ ਤੇ ਕੀਤਾ, ਪੜ੍ਹਾਇਆ ਲਿਖਾਇਆ ਖਿਲਾਇਆ ਪਿਲਾਇਆ, ਇੰਨਾ ਖਰਚਾ ਕੀਤਾ ਹੀ, ਉਹ ਸਾਡੀ ਵਸਤੂ ਤੂੰ ਸੰਭਾਲ ਕੇ ਰੱਖੀ ਸੀ, ਧਨਵਾਦਤਾ ਸੀ ਤੇਰਾ ਕਰੀਏ। ਆਖੋ ਸਤਨਾਮ। ਵਾਹਿਗੁਰੂ। ਸਾਡੀ ਅਮਾਨਤ ਨੂੰ ਇੰਨਾ ਸੰਭਾਲ ਕੇ ਰੱਖੇ, ਇੰਨਾ। ਦੇਖੋ ਆ ਵੀ ਬਿਰਤੀਆਂ ਨੇ ਜੀ, ਆ ਵੀ ਬਿਰਤੀਆਂ ਨੇ, ਆ ਬਿਰਤੀਆਂ ਲਿਆਓ। ਹੁਣ ਉਹ ਧੀ ਦੱਸੋ, ਉਹ ਧੀ ਜਿਹੜੀ ਨੂੰਹ ਬਣ ਕੇ ਆਉਂਦੀ ਪਈ ਆ ਉਸ ਗੁਰਮੁਖ ਦੇ ਘਰ, ਕੀ ਸਾਰੀ ਜ਼ਿੰਦਗੀ ਲਈ ਵਿਕ ਨਾ ਗਈ? ਦੱਸੋ ਮੈਨੂੰ, ਕੀ ਵਿਕ ਨਾ ਗਈ? ਆਪਣੇ ਸਹੁਰੇ ਖਾਨਦਾਨ ਲਈ ਉਹ ਵਿੱਚ ਗਈ? ਸਾਧ ਜਿਹਨੇ ਇੰਨਾ ਸਪੋਰਟ ਕੀਤਾ ਹੋਵੇ। ਫਿਰ ਉਸ ਗੁਰਮੁਖ ਨੇ ਕਿਹਾ, ਕਹਿੰਦੇ ਧੀ ਨੂੰ ਫੋਨ ਦਿਓ। ਕਹਿੰਦੇ ਧੀਏ ਦਾਜ ਤਾਂ ਮੈਂ ਲਵਾਂਗਾ, ਦਾਜ ਲੈ ਬਿਨਾਂ ਤਾਂ ਨਹੀਂ ਛੱਡਦਾ, ਦਾਜ ਤਾਂ ਲਵਾਂਗਾ। ਕਹਿੰਦੇ ਪਾਪਾ ਹੁਕਮ ਕਰੋ। ਕਹਿੰਦੇ ਦਾਜ ਆ ਹੈ, ਉਹ ਹਿੰਦੂ ਫੈਮਿਲੀ ਨੂੰ ਬਿਲੋਂਗ ਕਰਦੇ ਸੀਗੇ ਕੁੜੀ ਵਾਲੇ। ਉਹ ਕਹਿੰਦੇ ਦਾਜ ਆ ਹੈ, ਸੁਖਮਨੀ ਸਾਹਿਬ ਕੰਠ ਹੋਣਾ ਚਾਹੀਦਾ, ਜਪਜੀ ਸਾਹਿਬ ਕੰਠ ਹੋਣਾ ਚਾਹੀਦਾ, ਤੇ ਅੰਮ੍ਰਿਤ ਵੇਲੇ ਦੀ ਪੱਕੀ ਧਾਰਨੀ ਹੋਣੀ ਚਾਹੀਦੀ ਹੈ। ਤੂੰ ਆਖੋ ਸਤਨਾਮ। ਸ੍ਰੀ ਅਕਾਲ। ਆ ਚੀਜ਼ਾਂ ਆਪਣੇ ਪੇਕੇ ਘਰ ਤੋਂ ਸਾਡੇ ਸਹੁਰੇ ਘਰ ਤੋਂ ਲੈ ਕੇ ਆਣੀ ਹੈ। ਅੰਮ੍ਰਿਤ ਵੇਲੇ ਦਾ ਮੈਂ ਨਾਗਾ ਬਰਦਾਸ਼ਤ ਨਹੀਂ ਕਰਾਂਗਾ, ਸੁਖਮਨੀ ਦਾ ਨਾਗਾ ਮੈਂ ਬਰਦਾਸ਼ਤ ਨਹੀਂ ਕਰਾਂਗਾ, ਜਪਜੀ ਦਾ ਨਾਗਾ ਕਹਿੰਦੇ ਧੀਏ ਮੈਂ ਬਰਦਾਸ਼ਤ ਨਹੀਂ ਕਰਾਂਗਾ, ਬਾਕੀ ਸਾਰੀਆਂ ਗੱਲਾਂ ਬਰਦਾਸ਼ਤ ਕਰ ਲਾਂਗਾ। ਆਖੋ ਸਤਨਾਮ। ਬੋਲ, ਇਹ ਦਾਜ ਦੇਂਗੀ ਆਪਣੇ ਬਾਬਾ ਨੂੰ? ਉਹ ਧੀ ਉੱਥੇ ਦਿੱਲੀ ਸੀ ਤੇ ਰੋ ਪਈ, ਫੋਨ ਤੇ ਹੀ ਰੋ ਪਈ। ਕਹਿੰਦੇ ਪਾਪਾ ਵਾਅਦਾ ਹੋ ਗਿਆ ਦੇਵਾਂਗੀ। ਆਖੋ ਸਤਨਾਮ। ਵਾਅਦਾ ਕਰਮਾਂ ਵਾਲਿਓ, ਸੰਤੋਖ ਸੰਤੋਖ। ਗੁਰਮੁਖ ਪਿਆਰੇ ਸਾਡੇ ਦਿੱਲੀ ਤੋਂ ਜਸਵੀਰ ਸਿੰਘ, ਜਦੋਂ ਵਿਆਹ ਹੋਇਆ ਇਹਨਾਂ ਦੇ ਬੱਚਿਆਂ, ਔਰ ਐਸੇ ਕਈ ਪਰਿਵਾਰ ਮੈਂ ਦੇਖੇ ਨੇ ਜੀ, ਜਿੱਥੇ ਨਹੀਂ ਕੁਛ ਨਹੀਂ ਲਿਆ ਜੀ, ਕੁਛ ਨਹੀਂ। ਇੱਥੇ ਤੱਕ ਸਿੰਘ ਸਾਹਿਬ ਨੇ ਕਹਿਤਾ, ਜਸਵੀਰ ਸਿੰਘ ਜੀ ਨੇ, ਕਹਿੰਦੇ ਦੇ ਕੇ ਸਾਨੂੰ ਜਲੀਲ ਨਾ ਕਰਨਾ, ਧਿਆਨ ਦੇਣਾ, ਦੇ ਕੇ ਸਾਨੂੰ ਜਲੀਲ ਨਾ ਕਰਨਾ। ਆਮ ਤੌਰ ਤੇ ਬੰਦਾ ਕੀ ਕਹਿੰਦਾ, ਆਪਣੀ ਧੀ ਨੂੰ ਹੀ ਦੇਣਾ, ਤੁਸੀਂ ਸਾਨੂੰ ਥੋੜ੍ਹਾ ਨਾ ਦੇਣਾ। ਆਖੋ ਸਤਨਾਮ। ਹੈ ਜੀ, ਕਮਰਾ ਬਣਾ ਲਿਆ, ਖਾਲੀ ਰੱਖਿਆ ਹੋਇਆ ਕਮਰਾ, ਕਿਉਂ ਜੀ? ਉਹ ਨੂੰ ਲਿਆਏਗੀ ਨਾ, ਉਹ ਭਰੇਗੀ, ਨੂੰ ਲਿਆ ਕੇ ਭਰੇਗੀ। ਤੱਕ ਹੈ, ਤੱਕ ਹੈ, ਕੋਈ ਵਿਰਲਾ ਹੈ ਜਿਹਨੇ ਤੱਕ ਛੱਡੀ ਹੈ ਜੀ।
कुड़मा ने कहा कहिंदे जी चलो कोई चीज अगर नहीं तो घट्टो घट तुहाडा जोड़ा भैन जी का जोड़ा तो देन दिओ। कहिंदे बड़े जोड़े साडे कोल अलमारी च पे हुए ने, बड़े जोड़े पे। सतसंगत जी संतोख, इना इना व्याह च खर्चा करते हैं, इना इना खर्चा करते हैं। सतसंगत किते कोई भले का कारज कर ली, किते कोई भले का कारज कर लीए, किसी गरीब की मदद कर लीए, वह साढ़े को नहीं होएगा, वो नहीं होएगा। व्याहां च पैसा उड़ा देंगे, फजूल खर्चियां कर देंगे, इना दिखावा किया जाता है। सतसंगत मैं सच कहना जी, उस दिखावे दे विचों ही तो फिर अगली धिर नूं लालच पैदा होंदा। कई बारी सतसंगत गल पुठी होंदी है, हुण कुड़ी वालियां कोल है नहीं, खोल देण गल कि साडे कोल जी आह कुछ है, स्पष्ट कर देण, उस रिश्ते सच पा देण। पर होंदा की है जी, पल्ले है कुछ नहीं। कोई नहीं कोई नहीं जी, तुसी लियाओ बरात जिन्नी मर्जी लियाओ, चलांगे असी। सच दसिया नहीं, सच दसिया नहीं जी। हुण कूड़ दे उपर रिश्ता खड़ा करन लगे, करजा चकणगे और झूठी शान दिखाण वास्ते, झूठी फूफां दिखाण वास्ते रज के विआह करनगे। हुण सतसंगत जिहड़ा दूसरी धिर है, दूसरी धिर मुंडे वाले जिहड़े, हुण उह की समझणगे, हुण की समझणगे। इन्ना शानो शौकत नाल विआह कीता, इन्ना कुछ कीता, उन्हां नूं तो भुलेखा पै गया ना, भरम पा दिता ना जी, उस पखंड ने भरम पा दिता जी।